ਗੋਡਿਆਂ ਦੀ ਇੰਨੀ ਕੁ ਜ਼ਿਆਦਾ ਭੈੜੀ ਬਿਮਾਰੀ ਹੈ ਕਿ ਲੋਕ ਤੌਬਾ ਕਰਦੇ ਨੇ ਵੀ ਕਿਸੇ ਨੂੰ ਭੁੱਲ ਕੇ ਵੀ ਬਿਮਾਰੀ ਨਾ ਹੋਵੇ, ਕਿਉਂਕਿ ਇਹਦਾ ਕੀ ਕਾਰਨ ਹੁੰਦਾ ਬਾਪੂ ਜੀ? ਉਮਰ ਦੇ ਹਿਸਾਬ ਦੇ ਨਾਲ ਜੇ ਆਪਾਂ ਚੰਗਨਾਹਟ ਸਰੀਰ ਦੀ ਘੱਟਦੀ ਜਾਂਦੀ ਆ, ਗਰੀਸ ਆਪਾਂ ਜਿਹਨੂੰ ਗਰੀਸ ਵੀ ਕਹਿ ਦਿੰਦੇ ਹਾਂ ਜੀ, ਕਈ ਹੁਣ 20-30 ਸਾਲ ਦੇ ਕਹਿੰਦੇ ਮੇਰੇ ਪਟਾਕੇ ਪੈਣ ਲੱਗ ਗਏ ਜੀ, ਦਰਦ ਪੇਨ ਕਰਨ ਲੱਗ ਗਏ ਗੋਡੇ, ਕੋਈ ਦੁੱਧ ਦੁੱਧ ਕੋਈ ਪੀਂਦਾ ਨਹੀਂ ਗਾ, ਦੁੱਧ ਜੇ ਪੀਤਾ ਵੀ ਅੱਧਾ ਗਲਾਸ ਪੀਣਾ, ਚਾਹ ਦੇ ਹੱਥ ਨੂੰ 10 ਕੱਪ 20 ਪੀ ਜਾਣੇ ਆ ਜੀ ਉਹਨੇ। ਨਹੀਂ, ਮਿਰਗੀ ਦੇ ਦੌਰੇ ਕਿਵੇਂ ਪੈਂਦੇ ਲੋਕਾਂ ਨੂੰ? ਇਹਨਾਂ ਜੀ ਜੜੀ ਬੂਟੀਆਂ ਅਤੇ ਭਸਮਾਂ ਸਾਰੀਆਂ ਜੀ ਇਹਦੇ 'ਚ, ਹਾਂ ਜੀ ਜੜੀ ਬੂਟੀਆਂ ਸਾਰੀਆਂ ਦੇ ਭਸਮਾਂ ਇਹਨਾਂ ਦੇ ਵਿੱਚ, ਇਹਦੇ ਵਿੱਚ ਗੋਲਡਨ ਆ ਜੀ, ਸੋਨਾ ਵਾ, ਇਹ ਸੋਨੇ ਵਾਲੀ ਦਵਾਈ ਹੈ। ਜਦੋਂ ਅਸੀਂ ਕਿਤੇ ਬੱਸ ਸਟੈਂਡ ਦੇ ਵਿੱਚ ਜਾਈਏ ਜਾਂ ਰਾਹ ਦੇ ਵਿੱਚ ਜਦੋਂ ਸਾਡੀ ਟੀਮ ਕਿਤੇ ਜਾਂਦੀ, ਅਸੀਂ ਦੇਖਦੇ ਹਾਂ ਵੀ ਬਜ਼ੁਰਗ ਜਾਂ ਕਿਸੇ ਨੂੰ ਬੱਸ ਚੜ੍ਹਨ ਦੇ ਵਿੱਚ ਕਿੰਨੀ ਤਕਲੀਫ ਹੈ। ਅਸੀਂ ਆਪਣੇ ਫਰੈਂਡਸ ਦੇ ਨਾਲ ਜਦੋਂ ਗੱਲਬਾਤ ਕਰਨੀ, ਉਹਨਾਂ ਨੇ ਕਹਿਣਾ ਵੀ ਸਾਡੇ ਪੇਰੈਂਟਸ ਨੂੰ ਆਹ ਪ੍ਰੋਬਲਮ ਹੈ, ਅਸੀਂ ਆਹ ਡਾਕਟਰ ਦੇ ਲੈ ਕੇ ਚੱਲੇ। ਬਹੁਤ ਸਾਰੇ ਲੋਕ, ਇੱਕ ਇਹ ਵੀ ਪਾਰਟ ਚੱਲਿਆ ਕਿ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਗੋਡੇ ਪਾਏ ਜਾਂਦੇ ਨੇ, ਗੋਡਿਆਂ ਦੀ ਇੰਨੀ ਕੁ ਜ਼ਿਆਦਾ ਭੈੜੀ ਬਿਮਾਰੀ ਹੈ ਕਿ ਲੋਕ ਤੌਬਾ ਕਰਦੇ ਨੇ ਵੀ ਕਿਸੇ ਨੂੰ ਭੁੱਲ ਕੇ ਵੀ ਬਿਮਾਰੀ ਨਾ ਹੋਵੇ, ਕਿਉਂਕਿ ਨਾ ਤਾਂ ਬੰਦਾ ਕਿਤੇ ਜਾ ਸਕਦਾ, ਨਾ ਵਿਆਹ ਸ਼ਾਦੀ ਕੋਈ ਅਟੈਂਡ ਕਰ ਸਕਦਾ, ਨਾ ਉੱਠ ਸਕਦਾ, ਨਾ ਬੈਠ ਸਕਦਾ, ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਨੇ। ਅਤੇ ਇਹਦਾ ਕੀ ਕਾਰਨ ਹੁੰਦਾ ਬਾਪੂ ਜੀ? ਦੇਖੋ ਜੀ, ਉਮਰ ਦੇ ਹਿਸਾਬ ਦੇ ਨਾਲ ਜੇ ਆਪਾਂ ਚੰਗਨਾਹਟ ਸਰੀਰ ਦੀ ਘੱਟਦੀ ਜਾਂਦੀ ਆ, ਗਰੀਸ ਆਪਾਂ ਜਿਹਨੂੰ ਗਰੀਸ ਵੀ ਕਹਿ ਦਿੰਦੇ ਹਾਂ ਜੀ, ਉਸਨੂੰ ਗਰੀਸ ਕਿਹਾ ਜਾਂਦਾ ਵਾ, ਐਨਰਜੀ ਕਹਿ ਦਿੰਦੇ ਹਾਂ, ਉਹ ਹੁਣ ਤਾਂ ਦੇਖਣਾ ਬੱਚਿਆਂ ਦੇ ਵੀ ਆ ਰਿਹਾ ਜੀ। ਕਈ ਹੁਣ 20-30 ਸਾਲ ਦੇ ਕਹਿੰਦੇ ਮੇਰੇ ਪਟਾਕੇ ਪੈਣ ਲੱਗ ਗਏ ਜੀ, ਦਰਦ ਪੇਨ ਕਰਨ ਲੱਗ ਗਏ ਗੋਡੇ, ਕੋਈ ਦੁੱਧ ਦੁੱਧ ਕੋਈ ਪੀਂਦਾ ਨਹੀਂ ਗਾ, ਦੁੱਧ ਜੇ ਪੀਤਾ ਵੀ ਅੱਧਾ ਗਲਾਸ ਪੀਣਾ, ਚਾਹ ਦੇ ਹੱਥ ਨੂੰ 10 ਕੱਪ 20 ਪੀ ਜਾਣੇ ਆ ਜੀ ਉਹਨੇ। ਉਹਦੇ ਵਾਸਤੇ ਮੈਡੀਸਨ ਤਿਆਰ ਕਰਦੇ ਵੀ ਜਿਵੇਂ ਗੋਲੀਆਂ ਪਈਆਂ ਜੀ, ਆਹ ਇਹ ਗੋਲੀ ਇੱਕ ਸੁਬਾਹ ਸਵੇਰੇ ਸ਼ਾਮ ਲੈਣੀ ਆ ਜੀ, ਹਾਂ ਜੀ ਇੱਕ ਸਵੇਰੇ ਸ਼ਾਮ, ਇੱਕ ਆਹ ਲੈਣੀ ਆ ਸਵੇਰੇ ਸ਼ਾਮ ਲੈਣੀ ਆ ਜੀ ਆਹ। ਅਤੇ ਜੇ ਕੋਈ ਵੱਧ ਪੈਸੇ ਖਰਚਦਾ ਫਿਰ ਸੋਨੇ ਵਾਲੀ ਗੋਲੀ ਵੀ ਲਾ ਸਕਦੇ ਨਾਲ ਜੀ ਅਸੀਂ ਆਹ। ਇਹਨਾਂ ਜੀ ਜੜੀ ਬੂਟੀਆਂ ਅਤੇ ਭਸਮਾਂ ਸਾਰੀਆਂ ਜੀ ਇਹਦੇ 'ਚ, ਹਾਂ ਜੀ ਜੜੀ ਬੂਟੀਆਂ ਸਾਰੀਆਂ ਅਤੇ ਭਸਮਾਂ ਇਹਨਾਂ ਦੇ ਵਿੱਚ, ਇਹਦੇ ਵਿੱਚ ਗੋਲਡਨ ਆ ਜੀ, ਸੋਨਾ ਵਾ, ਇਹ ਸੋਨੇ ਵਾਲੀ ਦਵਾਈ ਆ। ਓਕੇ ਜੀ, ਹਾਂਜੀ। ਅਤੇ ਇਹਦੇ ਵਿੱਚ ਬਾਪੂ ਜੀ ਇਹ ਵੀ ਜੜੀ ਬੂਟੀਆਂ ਭਸਮਾਂ ਹੀ ਜੀ ਸਾਰਾ ਹੁੰਦਾ, ਇਹਦੇ ਵਿੱਚ ਮੋਤੀ ਪਰਵਾਲ ਕੀ ਇਸ ਤਰ੍ਹਾਂ ਸਮਾਨ ਪਾਇਆ ਹੁੰਦਾ ਸਾਰਾ ਇਹਨਾਂ 'ਚ, ਸਾਰੀਆਂ ਆਪਣੇ ਆਪ ਦੇ, ਹਾਂਜੀ 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 ਆਪਣਾ ਆਪਦੇ, ਨਹੀਂ ਨਹੀਂ ਮਿਲਾਵਟ ਆਪਾਂ ਘਰੇ ਬਣਾਉਂਦੇ ਜੀ। ਕਿੰਨੇ ਦੇ ਟਾਈਮ ਦੇ ਵਿੱਚ ਬਾਪੂ ਜੀ ਆਰਾਮ ਆ ਜਾਂਦਾ ਗੋਡਿਆਂ ਨੂੰ? ਗੋਡਿਆਂ ਨੂੰ ਤਕਰੀਬਨ ਜੀ 15 ਦਿਨ 'ਚ ਮਰੀਜ਼ ਨੂੰ ਫਰਕ ਪੈ ਜਾਂਦਾ। ਅੱਛਾ, ਜਿਹੜਾ ਮਤਲਬ ਫੜ ਫੜ ਕੇ, ਹਾਂਜੀ ਹਾਂਜੀ 15 ਦਿਨ ਪੂਰਾ ਫਰਕ ਪੈ ਜਾਂਦਾ, ਸੋਸ ਆਈ ਲਹਿ ਜਾਂਦੀ ਆ, ਅਤੇ ਥੋੜ੍ਹਾ ਜਿਹਾ ਉਹਨੂੰ ਜਿਹੜਾ ਗਰੀਸ ਬਣਨ ਨੂੰ 2-3 ਮਹੀਨੇ ਲੱਗ ਜਾਂਦੇ ਜੀ ਉਹਨੂੰ। ਓਕੇ, ਹਾਂਜੀ। ਕਿੰਨੇ ਟਾਈਮ ਦਾ ਕੋਰਸ ਹੁੰਦਾ ਇਹ ਦਵਾਈ? ਅਸੀਂ ਤਿੰਨ ਆਮ ਤਾਂ ਖੋਣੇ 3 ਮਹੀਨੇ ਖੋਣੇ ਹੀ ਅਸੀਂ ਹਰ ਇੱਕ ਮਰੀਜ਼ ਨੂੰ, ਵੀ ਬਾਅਦ 'ਚ ਦੁਬਾਰਾ ਜਾਂਦੇ। ਕਿਸੇ ਕਿਸੇ ਮਰੀਜ਼ ਨੂੰ 4 ਮਹੀਨੇ ਵੀ ਦੇਣੇ ਪੈਂਦੇ ਆ ਜੀ, ਕਿਸੇ ਉਹ ਬਹੁਤ ਘੱਟ 4-4 ਮਹੀਨਾ ਕਿਸੇ ਨੂੰ, ਆਮ 3 ਮਹੀਨੇ ਹੁੰਦੀ ਭਾਈ। ਜਿਵੇਂ ਹੁਣ ਤੁਸੀਂ ਵਿਦੇਸ਼ਾਂ ਤੱਕ ਜਾਂਦੇ ਹੋ, ਉੱਥੇ ਕਿਹੜੀ ਸਭ ਤੋਂ ਵੱਧ ਬਿਮਾਰੀ ਹੈ ਜਾਂ ਕਿਹੜੀ ਲੋਕ? ਸਾਰੀਆਂ ਜੀ ਵਰਗਾ, ਸਾਰੀਆਂ ਬਸ ਸੇਮ ਹੀ ਆਹੀ ਚੀਜ਼ ਆ। ਉੱਥੇ ਫਾਸਟ ਫੂਡ ਬਹੁਤ ਬੱਚੇ ਖਾਂਦੇ ਆ ਨਾ, ਉੱਥੇ ਤਾਂ ਬਹੁਤ ਜ਼ਿਆਦਾ ਆ, ਉੱਥੇ ਆਪਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ, ਇੱਥੇ ਘੱਟ ਆ, ਉੱਥੇ ਜ਼ਿਆਦਾ ਆ। ਠੀਕ ਹੈ ਜੀ, ਫਿਰ ਉੱਥੇ ਅਸਰ ਕਰਦੀ ਹੈ, ਲੋਕ ਕਹਿੰਦੇ ਤੁਹਾਨੂੰ ਵੀ ਸਾਡੇ ਗੋਡੇ ਠੀਕ ਹੋ ਗਏ ਜਿੰਨੇ ਦੁਖਦੇ ਨੇ? ਉੱਥੇ ਜੀ ਬਹੁਤ ਜ਼ਿਆਦਾ, ਉੱਥੇ ਇਸ ਤਰ੍ਹਾਂ ਵੀ ਡਾਕਟਰ ਨੇ ਪੀਨ ਕਲਰ ਛੇਤੀ ਦਿੰਦੇ ਨਹੀਂ ਗੇ ਜੀ, ਆਪਣੇ ਇੱਥੇ ਪੀਨ ਕਲਰ ਆਪਾਂ ਛੇਤੀ ਜਾਂ ਮੈਡੀਕਲ ਤੋਂ ਹੀ ਲੈ ਲੈਂਦੇ ਆ, ਆਪ ਹੀ ਲੈ ਲੈਂਦਾ ਮਰੀਜ਼, ਚਾਹੇ ਡਾਕਟਰ ਪੀਨ ਕਲਰ ਵੱਧ ਦੇਣ ਦੇ ਨਾਲ ਉੱਥੇ ਪੀਨ ਕਲਰ ਡਾਕਟਰ ਲਾਰੇ ਹੀ ਲਾਈ ਜਾਂਦੇ, ਤੁਹਾਡੀ ਅਪਾਇੰਟਮੈਂਟ ਬਣਾਤੀ 1 ਮਹੀਨਾ 2-2 ਮਹੀਨੇ ਨਗਾ, ਉਹ ਫਿਰ ਉਹਨਾਂ ਵਿਚਾਰਿਆਂ ਦੇ ਬਹੁਤ ਪੇਨ ਹੁੰਦੀ, ਇਸ ਕਰਕੇ ਗੋਡਿਆਂ ਦੀ ਦਵਾਈ ਬਹੁਤ ਜਾਂਦੀ ਫਿਰ ਉੱਥੇ। ਓਕੇ, ਹਾਂਜੀ। ਅਤੇ ਇੱਕ ਨਾਲ ਤੁਸੀਂ ਇਹ ਵੀ ਦੱਸਿਆ ਸੀਗਾ ਕਿ ਇੱਥੇ ਜਦੋਂ ਅਸੀਂ ਆਏ ਸੀਗੇ ਮਿਰਗੀ ਦੇ ਪੇਸ਼ੈਂਟ ਹੁੰਦੇ ਨੇ, ਮਿਰਗੀ ਦੇ ਦੌਰੇ ਕਿਵੇਂ ਪੈਂਦੇ ਲੋਕਾਂ ਨੂੰ? ਹਾਂਜੀ, ਜਿਹੜਾ ਮਿਰਗੀ ਦਾ ਹੁੰਦਾ ਨਾ, ਇੱਕ ਤਾਂ ਅਸੀਂ ਦਿੰਦੇ ਹਾਂ ਜੀ ਨੱਕ 'ਚ ਪਾਉਣ ਨੂੰ, ਇੱਕ ਇੱਕ ਡਰੋਪ ਦਿੰਦੇ ਹਾਂ, ਉਹ ਜਿਹੜਾ ਡਰੋਪ ਹੋ ਸਕਦਾ ਵੀ ਮਹਾਰਾਜ ਦੀ ਕਿਰਪਾ ਨਾਲ ਪਹਿਲੇ ਦਿਨ ਹੀ ਮਿਰਗੀ ਤੁਹਾਡੀ ਬੰਦ ਹੋ ਜੇ, ਉਹ ਡਰੋਪਸ ਬਿਲਕੁਲ ਫਰੀ, ਉਹਦਾ ਕੋਈ ਚਾਰਜ ਨਹੀਂ ਲੈਂਦੇ ਅਸੀਂ। ਤਕਰੀਬਨ ਜੇ 100 ਮਰੀਜ਼ ਨੂੰ ਆਪਾਂ ਦੇ ਤੀ ਨਾ ਜੀ, ਅਤੇ ਮੰਨ ਕੇ ਚੱਲੋ ਵੀ ਮਹਾਰਾਜ ਭਲਾ ਕਰੇ, 70-80 ਮਰੀਜ਼ ਤਾਂ ਹੋ ਜਾਂਦੇ ਉਹਦੇ ਨਾਲ ਠੀਕ, ਜਿਹੜੇ ਰਹਿ ਗਏ ਬਾਕੀ ਉਹਨਾਂ ਨੂੰ ਫਿਰ ਖਾਣ ਨੂੰ ਦਵਾਈ ਦੇਣੀ ਪੈਂਦੀ, ਉਹਦੇ ਥੋੜ੍ਹਾ ਚਾਰਜ ਲੱਗਦਾ ਉਹਦਾ ਦਵਾਈ ਦਾ ਥੋੜ੍ਹਾ ਜਿਹਾ, ਉਹਦਾ ਉਹ ਆਈਟਮ ਥੋੜ੍ਹੀ ਮਹਿੰਗੀ ਹੁੰਦੀ, ਉਹ 'ਚ ਬਦਾਮ ਰੋਗ ਨੂੰ ਵੀ ਪਾਉਣਾ ਪੈਂਦਾ ਵਾ ਉਹਦੇ ਵਿੱਚ, ਅਤੇ ਥੋੜ੍ਹਾ ਸ਼ਹਿਦ ਮਿਲਾਉਣਾ ਪੈਂਦਾ, ਬਾਕੀ ਜਿਹੜੀਆਂ ਭਸਮਾਂ 'ਚ ਹੁੰਦੀਆਂ ਵਾ ਉਹ ਰਾਤ ਨੂੰ ਸੌਣ ਲੱਗੇ ਲੈਣੀ ਹੁੰਦੀ ਅੱਧਾ ਚਮਚਾ। ਕਿੰਨੇ ਟਾਈਮ ਦਾ ਕੋਰਸ ਹੁੰਦਾ ਉਹ ਮਿਰਗੀ ਲੋ? ਫਿਰ 2-2 ਮਹੀਨੇ ਲੱਗ ਜਾਣੇ ਜੀ। ਅੱਛਾ ਜੀ, ਅਤੇ ਦੌਰੇ ਪੈਣੇ ਹਟ ਜਾਣੇ 15-20 ਦਿਨ 'ਚ ਹੀ। ਠੀਕ ਹੈ ਜੀ, ਅਤੇ ਜੇ ਨੱਕ ਵਾਲੀ ਕੰਮ ਕਰ ਗਈ ਫਿਰ ਪਹਿਲੇ ਦਿਨ ਹੀ ਦੌਰਾ ਬੰਦ ਆ ਜੀ, ਫਿਰ ਬਿਲਕੁਲ ਹਾਂਜੀ ਅਲੱਗ ਅਲੱਗ ਜੀ, ਹਰ ਇੱਕ ਦਾ ਅਲੱਗ ਅਲੱਗ ਜੁੱਸਾ ਬੰਦੇ ਦਾ, ਉਸ ਹਿਸਾਬ ਨਾਲ ਦਵਾਈ ਜਿਹੜੀ ਡਰੋਪਾਂ ਦੀ ਤਾਂ ਬਹੁਤ ਚੱਲਦੀ ਸਾਡੀ ਦਵਾਈ ਜੀ ਉਹ।